ਹਾਲੇਲੂਇਆ 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 ਸੱਚੇ ਤੇ ਸਮਰਥੀ ਪਰਮੇਸ਼ਵਰ ਜੀ, ਪ੍ਰਭੂ ਜੀ, ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਮਹਾਨ ਪਰਮੇਸ਼ਵਰ ਜੀ, ਅੱਜ ਦੇ ਇਸ ਸੁੰਦਰ ਸਮੇਂ ਦੇ ਲਈ ਪ੍ਰਭੂ ਜੀ, ਜੋ ਤੁਸੀਂ ਆਪਣੇ ਬੱਚਿਆਂ ਦੇ ਲਈ ਠਹਿਰਾਇਆ ਮੇਰੇ ਮਹਾਨ ਪਰਮੇਸ਼ਵਰ ਜੀ। ਪਵਿੱਤਰ ਆਤਮਾ ਜੀ, ਮੈਂ ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਪ੍ਰਭੂ ਜੀ, ਸੱਚਮੁੱਚ ਤੁਸੀਂ ਸਾਨੂੰ ਸਭ ਨੂੰ ਖੁਦਾ ਬਾਪ ਇਸ ਯੋਗਿਆ ਸਮਝਿਆ ਕਿ ਪ੍ਰਭੂ ਅਸੀਂ ਅੱਜ ਇਸ ਸੁੰਦਰ ਅਤੇ ਪਵਿੱਤਰ ਦਿਨ ਨੂੰ ਦੇਖ ਸਕੀਏ। ਮੇਰੇ ਮਹਾਨ ਖੁਦਾ ਬਾਪ, ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਕਿ ਪਰਮੇਸ਼ੁਰ ਸੱਚਮੁੱਚ ਤੁਸੀਂ ਆਪਣੀ ਵੱਡੀ ਦਇਆ ਅਤੇ ਵੱਡੀ ਕਿਰਪਾ ਦੇ ਨਾਲ ਸਾਨੂੰ ਸਭ ਨੂੰ ਪ੍ਰਭੂ ਜੀ ਇਸ ਪ੍ਰਾਰਥਨਾ ਦੇ ਵਿੱਚ ਆਪਣੇ ਨਾਲ ਇਕੱਠਿਆਂ ਕੀਤਾ, ਸ਼ਾਮਿਲ ਕੀਤਾ। ਸੱਚਮੁੱਚ ਪ੍ਰਭੂ ਤੁਸੀਂ ਅੱਤ ਮਹਾਨ ਪਰਮੇਸ਼ੁਰ ਹੋ ਮੇਰੇ ਜ਼ਿੰਦਾ ਖੁਦਾ ਬਾਪ। ਤੁਹਾਡੇ ਕੰਮ ਸਾਡਿਆਂ ਜੀਵਨਾਂ ਦੇ ਵਿੱਚ ਬਹੁਤ ਵੱਡੇ ਅਤੇ ਅਦਭੁਤ ਹਨ ਪ੍ਰਭੂ ਜੀ। ਤੁਸੀਂ ਦਇਆ ਦੇ ਸਾਗਰ ਹੋ ਖੁਦਾ ਬਾਪ, ਤੁਹਾਡੇ ਅੰਦਰ ਹਮੇਸ਼ਾ ਤੁਹਾਡੇ ਬੱਚਿਆਂ ਦੇ ਪ੍ਰਤੀ ਦਇਆ ਭਰੀ ਰਹਿੰਦੀ ਹੈ ਪ੍ਰਭੂ ਜੀ। ਤੁਸੀਂ ਕਦੇ ਵੀ ਸਾਨੂੰ ਇਕੱਲਿਆਂ ਨਹੀਂ ਛੱਡਦੇ, ਕਦੇ ਵੀ ਸਾਨੂੰ ਅਨਾਥ ਨਹੀਂ ਛੱਡਦੇ। ਹਮੇਸ਼ਾ ਆਪਣੇ ਪਵਿੱਤਰ ਫਤਿਹਮੰਦ ਸਜੇ ਹੱਥ ਦੇ ਨਾਲ ਸਾਨੂੰ ਸੰਭਾਲ ਕੇ ਰੱਖਦੇ ਹੋ। ਅੰਧਕਾਰ ਦੀਆਂ ਸਭ ਤਾਕਤਾਂ ਨੂੰ ਪ੍ਰਭੂ ਜੀ ਤੁਸੀਂ ਸਾਡਿਆਂ ਰਾਹਾਂ ਦੇ ਵਿੱਚੋਂ ਖਤਮ ਕਰਦੇ ਹੋ ਮੇਰੇ ਜ਼ਿੰਦਾ ਪਰਮੇਸ਼ੁਰ ਜੀ। ਸੱਚਮੁੱਚ ਤੁਹਾਡਾ ਪਵਿੱਤਰ ਪਾਕ ਕਲਾਮ ਸਾਡੇ ਲਈ ਬਿਆਨ ਕਰਦਾ ਹੈ ਕਿ ਪ੍ਰਭੂ ਤੁਸੀਂ ਸਾਡੇ ਨਾਲ ਬਹੁਤ ਵਧੀਕ ਪ੍ਰੇਮ ਕਰਦੇ ਹੋ। ਔਰ ਮੇਰੇ ਜ਼ਿੰਦਾ ਪਰਮੇਸ਼ੁਰ, ਤੁਹਾਡਾ ਪ੍ਰੇਮ ਨਿਸਵਾਰਥ ਅਤੇ ਸੱਚਾ ਪ੍ਰੇਮ ਹੈ। ਸੱਚਮੁੱਚ ਖੁਦਾ ਬਾਪ, ਅਸੀਂ ਆਪਣੀ ਇੱਛਾ ਜਾਂ ਫਿਰ ਆਪਣੀ ਮਰਜ਼ੀ ਦੇ ਨਾਲ ਇਸ ਪ੍ਰਾਰਥਨਾ ਦੇ ਵਿੱਚ ਇਕੱਠੇ ਨਹੀਂ ਹੋਏ ਪ੍ਰਭੂ ਜੀ। ਇਹ ਤੁਹਾਡਾ ਪ੍ਰੇਮ ਸੀ ਜੋ ਤੁਸੀਂ ਸਾਨੂੰ ਸਭ ਨੂੰ ਵੱਖ ਵੱਖ ਜਗ੍ਹਾਵਾਂ ਦੇ ਉੱਪਰੋਂ ਲੈ ਕੇ ਆਏ। ਇਸ ਪ੍ਰਾਰਥਨਾ ਦੇ ਵਿੱਚ ਪ੍ਰਭੂ ਤੁਸੀਂ ਸਾਨੂੰ ਸ਼ਾਮਿਲ ਕੀਤਾ, ਇੱਕ ਵੱਡੀ ਚੰਗਿਆਈ ਅਤੇ ਵੱਡੀ ਬਰਕਤ ਸਾਨੂੰ ਦੇਣ ਦੇ ਲਈ, ਕਿਉਂ ਜੋ ਮੇਰੇ ਜ਼ਿੰਦਾ ਪਰਮੇਸ਼ੁਰ ਸੱਚਮੁੱਚ ਸਾਨੂੰ ਚੰਗਿਆਈ ਅਤੇ ਬਰਕਤਾਂ ਦੇਣ ਵਾਲੇ ਜ਼ਿੰਦਾ ਪਰਮੇਸ਼ੁਰ ਤੁਸੀਂ ਹੋ। ਔਰ ਪ੍ਰਭੂ ਜੀ, ਤੁਸੀਂ ਆਪਣੇ ਵਾਅਦਿਆਂ ਦੇ ਸੱਚੇ ਪਰਮੇਸ਼ੁਰ ਹੋ ਪ੍ਰਭੂ ਜੀ। ਜੋ ਵੀ ਵਾਅਦੇ ਤੁਸੀਂ ਆਪਣੇ ਪਵਿੱਤਰ ਕਲਾਮ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਕੀਤੇ ਹਨ, ਸੱਚਮੁੱਚ ਖੁਦਾ, ਅਸੀਂ ਵਿਸ਼ਵਾਸ ਕਰਦੇ ਹਾਂ ਕਿ ਉਹ ਵਾਅਦੇ ਝੂਠੇ ਵਾਅਦੇ ਨਹੀਂ, ਉਹ ਵਾਅਦੇ ਸੱਚੇ ਵਾਅਦੇ ਹਨ। ਤੁਹਾਡੇ ਵਚਨ 'ਚ ਲਿਖਿਆ, ਜਿੱਥੇ ਦੋ ਜਾਂ ਦੋ ਤੋਂ ਵੱਧ ਮੇਰੇ ਨਾਮ ਦੇ ਵਿੱਚ ਇਕੱਠੇ ਹੁੰਦੇ ਹਨ, ਮੇਰਾ ਪਵਿੱਤਰ ਆਤਮਾ ਉਸ ਜਗ੍ਹਾ ਦੇ ਉੱਪਰ ਮੌਜੂਦ ਹੁੰਦਾ ਹੈ। ਖੁਦਾ ਬਾਪ, ਅਸੀਂ ਸਭ ਅੱਜ ਵਿਸ਼ਵਾਸ ਕਰਦੇ ਹਾਂ ਕਿ ਤੁਹਾਡਾ ਪਵਿੱਤਰ ਆਤਮਾ ਅੱਜ ਇਸ ਜਗ੍ਹਾ ਦੇ ਉੱਪਰ ਮੌਜੂਦ ਹੈ। ਸਾਡੀ ਪ੍ਰਾਰਥਨਾ ਨੂੰ, ਸਾਡੀ ਬੇਨਤੀ ਨੂੰ ਸੁਣ ਕੇ ਪੂਰੀਆਂ ਕਰਨ ਦੇ ਲਈ ਸੱਚਮੁੱਚ ਮੇਰੇ ਮਹਾਨ ਪਰਮੇਸ਼ੁਰ ਜੀ, ਤੁਸੀਂ ਚਾਹੁੰਦੇ ਹੋ ਪ੍ਰਭੂ ਤੁਹਾਡੇ ਬੇਟੇ ਅਤੇ ਤੁਹਾਡੀਆਂ ਬੇਟੀਆਂ ਹਮੇਸ਼ਾ ਮਦਦ ਦੇ ਲਈ ਪ੍ਰਭੂ ਤੁਹਾਨੂੰ ਹੀ ਪੁਕਾਰਨ। ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਕਿ ਸੱਚਮੁੱਚ ਪਰਮੇਸ਼ੁਰ, ਤੁਸੀਂ ਦੁਖੀਏ ਦੇ ਦੁੱਖ ਨੂੰ ਕਦੇ ਵੀ ਤੁਸ਼ ਨਹੀਂ ਜਾਣਦੇ, ਨਾ ਉਹਨਾਂ ਦੇ ਜ਼ਖਮਾਂ ਤੋਂ ਗਿਣ ਕਰਦੇ ਹੋ, ਬਲਕਿ ਪਰਮੇਸ਼ੁਰ ਆਪਣੀ ਸਮਰਥੀ ਫਤਿਹਮੰਦ ਸਜੇ ਹੱਥ ਦੇ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਸੰਭਾਲ ਕੇ ਰੱਖਦੇ ਹੋ। ਅੰਧਕਾਰ ਦੀਆਂ ਸਭ ਤਾਕਤਾਂ ਨੂੰ, ਬੰਧਨਾਂ ਨੂੰ ਤੋੜਦੇ ਹੋ ਪਰਮੇਸ਼ੁਰ ਸੱਚਮੁੱਚ ਮੇਰੇ ਮਹਾਨ ਪਰਮੇਸ਼ੁਰ ਜੀ। ਤੁਸੀਂ ਦੂਰ ਦੇ ਨਹੀਂ, ਤੁਸੀਂ ਨੇੜੇ ਦੇ ਪਰਮੇਸ਼ੁਰ ਮੇਰੇ ਮਹਾਨ ਖੁਦਾ ਬਾਪ। ਔਰ ਪਰਮੇਸ਼ੁਰ ਸੱਚਮੁੱਚ ਮੈਂ ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਪ੍ਰਭੂ ਜੀ, ਤੁਸੀਂ ਹਰ ਰੋਜ਼ ਸਾਨੂੰ ਖਾਣ ਦੇ ਲਈ ਭੋਜਨ ਦਿੰਦੇ ਹੋ।
ਪਹਿਨਣ ਦੇ ਲਈ ਪ੍ਰਭੂ ਸਾਨੂੰ ਕੱਪੜੇ ਦਿੰਦੇ ਹੋ। ਸੁੰਦਰ ਸਾਹ ਖੁਦਾਵਾ ਜੋ ਕੇਵਲ ਸਾਨੂੰ ਤੁਹਾਡੇ ਵੱਲੋਂ ਹੀ ਮਿਲੇ ਹਨ, ਔਰ ਪਰਮੇਸ਼ੁਰ ਤੁਸੀਂ ਬੀਤੇ ਸਮੇਂ ਦੇ ਵਿੱਚ ਵੀ ਸਾਨੂੰ ਸੰਭਾਲ ਕੇ ਰੱਖਿਆ, ਸਾਡੇ ਪਰਿਵਾਰ ਨੂੰ ਸੰਭਾਲਿਆ, ਬੱਚਿਆਂ ਨੂੰ ਸੰਭਾਲਿਆ। ਪ੍ਰਭੂ ਜੀ ਰਾਹਾਂ ਦੇ ਵਿੱਚ ਵੀ ਤੁਸੀਂ ਸਾਡੀ ਮਦਦ ਅਤੇ ਸਹਾਇਤਾ ਕੀਤੀ ਆਪਣੇ ਪਵਿੱਤਰ ਪਾਕ ਸਵਰਗ ਦੂਤਾਂ ਦੇ ਨਾਲ। ਅੰਧਕਾਰ ਦੀਆਂ ਸਭ ਤਾਕਤਾਂ ਨੂੰ, ਸਭ ਬੰਧਨਾਂ ਨੂੰ ਪ੍ਰਭੂ ਜੀ ਤੁਸੀਂ ਸਾਡਿਆਂ ਰਾਹਾਂ ਦੇ ਵਿੱਚੋਂ ਤੋੜਿਆ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਔਰ ਮੇਰੇ ਜ਼ਿੰਦਾ ਪਰਮੇਸ਼ੁਰ ਸੱਚਮੁੱਚ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਕਿ ਪ੍ਰਭੂ ਤੁਸੀਂ ਰਾਤ ਭਰ ਵੀ ਸਾਨੂੰ ਸੰਭਾਲਿਆ, ਮਿੱਠੀ ਅਤੇ ਪਿਆਰੀ ਨੀਂਦ ਦੇ ਕੇ। ਔਰ ਮੇਰੇ ਜ਼ਿੰਦਾ ਪ੍ਰਭੂ, ਅੱਜ ਤੁਸੀਂ ਆਪਣੇ ਵਾਅਦੇ ਦੇ ਅਨੁਸਾਰ ਸਾਨੂੰ ਸਭ ਨੂੰ ਇਸ ਮਿੱਠੀ ਨੀਂਦ ਤੋਂ ਜਗਾਇਆ, ਇਸ ਪਵਿੱਤਰ ਪਾਕ ਦਿਨ ਨੂੰ ਦਿਖਾਇਆ ਪ੍ਰਭੂ, ਜਿਸ ਦੀ ਰਚਨਾ ਤੁਸੀਂ ਆਪਣੇ ਮਹਾਨ ਹੁਕਮਾਂ ਦੇ ਨਾਲ, ਮਹਾਨ ਅਤੇ ਸਮਰਥੀ ਸ਼ਬਦਾਂ ਦੇ ਦੁਆਰਾ ਕੀਤੀ ਸੀ। ਤੁਹਾਡੇ ਵਚਨ 'ਚ ਲਿਖਿਆ ਧਰਤੀ ਬੇਡੋਲ ਸੀ, ਸੁੰਜੀ ਸੀ, ਪ੍ਰਭੂ ਤੁਸੀਂ ਹੁਕਮ ਦਿੱਤਾ ਕਿ ਚਾਨਣ ਹੋ ਜਾਏ, ਤੁਹਾਡਾ ਹੁਕਮ ਪੂਰਾ ਹੋਇਆ। ਪਰਮੇਸ਼ੁਰ ਇਸ ਧਰਤੀ ਦੇ ਉੱਪਰ ਚਾਨਣ ਹੋਇਆ, ਤੁਸੀਂ ਉਸ ਚਾਨਣ ਨੂੰ ਦਿਨ ਆਖਿਆ ਪ੍ਰਭੂ ਜੀ। ਸੱਚਮੁੱਚ ਪਰਮੇਸ਼ੁਰ ਤੁਸੀਂ ਚਾਨਣ ਨੂੰ ਆਪਣੇ ਹੁਕਮਾਂ ਦੇ ਨਾਲ ਹਨੇਰੇ ਨਾਲੋਂ ਵੱਖਰਿਆ ਕੀਤਾ। ਪਰਮੇਸ਼ੁਰ ਸੱਚਮੁੱਚ ਤੁਸੀਂ ਆਪਣੇ ਹੁਕਮਾਂ ਦੇ ਨਾਲ ਪਾਣੀਆਂ ਨੂੰ ਇਕੱਠਿਆਂ ਕੀਤਾ, ਤੁਸੀਂ ਆਪਣੇ ਸਮਰਥੀ ਹੁਕਮਾਂ ਦੇ ਨਾਲ ਪ੍ਰਭੂ ਇਸ ਧਰਤੀ ਦੇ ਉੱਪਰ ਦਿਖਣ ਵਾਲੀ ਹਰੇਕ ਵਸਤੂ ਨੂੰ, ਜੀਵ ਜੰਤੂ ਨੂੰ ਪਰਮੇਸ਼ੁਰ ਆਪਣੇ ਸਮਰਥੀ ਸ਼ਬਦਾਂ ਦੇ ਦੁਆਰਾ ਸਾਜਿਆ। ਔਰ ਖੁਦਾ ਬਾਪ ਸੱਚਮੁੱਚ ਇਸ ਦਿਨ ਦੇ ਦੁਆਰਾ ਵੀ ਅਸੀਂ ਤੁਹਾਡੀ ਸਮਰਥਾ ਨੂੰ ਆਪਣੇ ਜੀਵਨ 'ਚ ਪੂਰੀ ਹੁੰਦੀ ਦੇਖ ਰਹੇ ਹਾਂ। ਖੁਦਾ ਬਾਪ ਸੱਚਮੁੱਚ ਬਹੁਤ ਸਾਰੇ ਲੋਕ ਇਸ ਸੁੰਦਰ ਅਤੇ ਪਵਿੱਤਰ ਦਿਨ ਦਾ ਆਨੰਦ ਨਹੀਂ ਮਾਣ ਸਕੇ, ਪਰ ਪਰਮੇਸ਼ੁਰ ਸੱਚਮੁੱਚ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਅਸੀਂ ਇਸ ਦਿਨ ਦੇ ਦੁਆਰਾ ਤੁਹਾਡੀ ਸਮਰਥਾ ਨੂੰ ਆਪਣੇ ਜੀਵਨ 'ਚ ਵੇਖ ਰਹੇ ਹਾਂ, ਕਿ ਤੁਸੀਂ ਸਾਡੇ ਉੱਪਰ ਆਪਣੇ ਉਪਕਾਰਾਂ ਨੂੰ ਪ੍ਰਗਟ ਕੀਤਾ। ਮੇਰੇ ਮਹਾਨ ਪਰਮੇਸ਼ੁਰ ਜੀ, ਸੱਚਮੁੱਚ ਮੇਰੇ ਜ਼ਿੰਦਾ ਪ੍ਰਭੂ, ਤੂੰ ਮੇਰਾ ਬਲ ਹੈ, ਤੂੰ ਮੇਰੀ ਬੁੱਧੀ ਹੈ, ਤੂੰ ਮੇਰੀ ਚਟਾਨ ਹੈ ਪ੍ਰਭੂ ਜੀ। ਤੁਸੀਂ ਸਾਡੇ ਮਸਤਕ ਨੂੰ ਹਮੇਸ਼ਾ ਉੱਚਿਆਂ ਕਰਦੇ ਹੋ, ਸਾਨੂੰ ਕਦੇ ਵੀ ਪੂਛ ਨਹੀਂ ਠਹਿਰਾਉਂਦੇ, ਸਿਰ ਠਹਿਰਾਉਂਦੇ ਜੇ ਸਭ ਜਾਤੀਆਂ ਦੇ ਨਾਲੋਂ ਪ੍ਰਭੂ ਤੁਸੀਂ ਸਾਨੂੰ ਉੱਚੀਆਂ ਕਰਕੇ ਸਾਡੀ ਸ਼ਰਮਿੰਦਗੀ ਨੂੰ ਸਾਥੋਂ ਦੂਰ ਕਰ ਦਿਓ। ਮੇਰੇ ਮਹਾਨ ਪਰਮੇਸ਼ੁਰ ਜੀ, ਸੱਚਮੁੱਚ ਇਹਨਾਂ ਸ਼ਬਦਾਂ ਦੇ ਦੌਰਾਨ ਮੈਂ ਤੁਹਾਡੇ ਨਾਮ ਦੀ ਜਿੰਨੀ ਵੀ ਮਹਿਮਾ ਜਾਂ ਜਿੰਨੀ ਵੀ ਵਡਿਆਈ ਕਰਾਂ ਪ੍ਰਭੂ ਜੀ, ਉਹ ਘੱਟ ਹੈ, ਪਰ ਤੁਹਾਡੇ ਉਪਕਾਰ ਅਤੇ ਤੁਹਾਡੀ ਦਇਆ ਅਤ ਵਧੀਕ ਹੈ ਸਾਡੇ ਜੀਵਨਾਂ ਦੇ ਵਿੱਚ। ਪਰਮੇਸ਼ੁਰ ਅਸੀਂ ਤੁਹਾਡੇ ਕੋਲੋਂ ਸੱਚਮੁੱਚ ਮਾਫ਼ੀ ਚਾਹੁੰਦੇ ਹਾਂ, ਅਗਰ ਬੀਤੇ ਸਮੇਂ 'ਚ ਪ੍ਰਭੂ ਅਸੀਂ ਤੁਹਾਡੇ ਪਵਿੱਤਰ ਕਲਾਮ ਦੇ ਵਿਰੁੱਧ ਕਿਸੇ ਤਰ੍ਹਾਂ ਦੀ ਕੋਈ ਬਦੀ, ਕੋਈ ਅਪਰਾਧ ਜਾਂ ਕੋਈ ਗੁਨਾਹ ਕਰ ਬੈਠੇ ਹੋਈਏ ਪ੍ਰਭੂ, ਜਿਸ ਤੋਂ ਅਸੀਂ ਅਣਜਾਣ ਹੋਈਏ। ਤੁਹਾਡੇ ਵਚਨ ਦੇ ਵਿੱਚ ਲਿਖਿਆ ਕਿ ਜੋ ਲੋਕ ਮੂੰਹ ਤੋਂ ਅੰਗੀਕਾਰ ਕਰਕੇ ਆਪਣੇ ਹਰੇਕ ਪਾਪ ਦਾ ਪਛਤਾਪ ਕਰ ਲੈਂਦੇ ਹਨ, ਬੁਰਿਆਈ ਨੂੰ ਛੱਡ ਦਿੰਦੇ ਹਨ, ਇਕਰਾਰ ਕਰਦੇ ਹਨ ਕਿ ਯੇਸ਼ੂ ਮੇਰੇ ਪ੍ਰਭੂ ਆ, ਉਹ ਮੇਰੇ ਲਈ ਧਰਤੀ ਤੋਂ ਉੱਪਰ ਆਏ, ਉਹ ਮੇਰੇ ਲਈ ਮਾਰੇ ਗਏ, ਗਾੜੇ ਗਏ, ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠੇ, ਪ੍ਰਭੂ ਜੀ ਤੁਸੀਂ ਸਾਡੇ ਲਈ ਮੁਰਦਿਆਂ ਦੇ ਵਿੱਚੋਂ ਜੀ ਉੱਠੇ, ਸਾਨੂੰ ਨਵਾਂ ਜੀਵਨ ਦੇਣ ਦੇ ਲਈ ਮੁਰਦਿਆਂ ਦੇ ਵਿੱਚੋਂ ਜੀ ਉੱਠੇ। ਮੇਰੇ ਮਹਾਨ ਪਰਮੇਸ਼ੁਰ ਜੀ, ਆਪਣੇ ਪਵਿੱਤਰ ਪਾਕ ਲਹੂ ਨੂੰ ਬਹਾਇਆ ਸਾਡੇ ਅਪਰਾਧਾਂ ਨੂੰ, ਗਲਤੀਆਂ ਨੂੰ, ਗੁਨਾਹਾਂ ਨੂੰ ਮਾਫ਼ ਕਰਨ ਦੇ ਲਈ, ਔਰ ਪ੍ਰਭੂ ਜੀ ਸੱਚਮੁੱਚ ਤੁਸੀਂ ਸਾਡੇ ਅਪਰਾਧ ਸਾਥੋਂ ਦੂਰ ਕੀਤੇ। ਮੇਰੇ ਜ਼ਿੰਦਾ ਪਰਮੇਸ਼ੁਰ ਜੀ, ਤੁਸੀਂ ਸਾਨੂੰ ਨਵਾਂ ਜੀਵਨ ਦਿੱਤਾ, ਔਰ ਪਰਮੇਸ਼ੁਰ ਪਵਿੱਤਰਤਾਈ ਵਾਲਾ ਜੀਵਨ ਦਿੱਤਾ। ਇਸ ਜੀਵਨ ਨੂੰ ਅਸੀਂ ਤੁਹਾਡੇ ਹੱਥਾਂ 'ਚ ਸੌਂਪਦੇ ਹਾਂ, ਪ੍ਰਾਰਥਨਾ ਕਰਦੇ ਹਾਂ ਤੁਹਾਡੇ ਅੱਗੇ ਕਿ ਅਸੀਂ ਦੁਬਾਰਾ ਪਾਪ ਦੀ ਗੁਲਾਮੀ 'ਚ ਨਾ ਜਾਈਏ। ਪ੍ਰਭੂ ਜੀ, ਜੋ ਲੋਕ ਅਜੇ ਵੀ ਪਾਪ 'ਚ, ਨਸ਼ਿਆਂ 'ਚ, ਵਿਭਿਆਚਾਰੀ 'ਚ, ਬੁਰਿਆਈ 'ਚ ਫਸੇ ਹੋਏ ਹਨ, ਜਿਸ ਤਰ੍ਹਾਂ ਪਰਮੇਸ਼ੁਰ ਤੁਸੀਂ ਸਾਡੀ ਚੋਣ ਕੀਤੀ, ਸਾਨੂੰ ਚੁਣਿਆ, ਧਰਤੀ ਦੇ ਉੱਪਰ ਹਰੇਕ ਜਨ ਬਚਾਇਆ ਜਾਏ ਯਿਸੂ ਮਸੀਹ ਦੇ ਜ਼ਿੰਦਾ ਅਤੇ ਸਮਰਥੀ ਨਾਮ 'ਚ, ਔਰ ਖੁਦਾ ਬਾਪ ਸੱਚਮੁੱਚ ਤੁਸੀਂ ਬਚਾ ਚੁੱਕੇ ਹੋ ਮੇਰੇ ਮਹਾਨ ਪਰਮੇਸ਼ੁਰ ਜੀ।
ਖੁਦਾ ਬਾਬਾ, ਅਸੀਂ ਅੱਜ ਸਭ ਮਿਲ ਕੇ ਤੁਹਾਡੇ ਅੱਗੇ ਪ੍ਰਾਰਥਨਾ ਕਰਦੇ ਹਾਂ। ਅੱਜ ਜੋ ਵੀ ਲੋਕ ਪਰਮੇਸ਼ੁਰ ਪੂਰੇ ਵਿਸ਼ਵਾਸ ਦੇ ਦੌਰਾਨ ਸੱਚਮੁੱਚ ਇੱਕ ਮਨ ਹੋ ਕੇ ਇਸ ਪ੍ਰਾਰਥਨਾ ਨੂੰ ਸੁਣ ਰਹੇ ਹਨ, ਹਰੇਕ ਦੇ ਜੀਵਨ ਦੇ ਲਈ ਪ੍ਰਭੂ ਜੀ ਤੁਹਾਡੇ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਅੱਜ ਤੁਹਾਡਾ ਆਤਮਾ ਸੱਚਮੁੱਚ ਇਹਨਾਂ ਦੇ ਉੱਪਰ ਹਰ ਤਰ੍ਹਾਂ ਦੇ ਜਾਦੂ ਟੋਨੇ ਨੂੰ ਖਤਮ ਕਰੇ। ਜੋ ਵੀ ਲੋਕਾਂ ਦੁਆਰਾ, ਇਨਸਾਨ ਦੇ ਦੁਆਰਾ ਇਹਨਾਂ ਦੇ ਉੱਪਰ ਜਾਦੂ ਟੋਨਾ ਕੀਤਾ ਗਿਆ ਹੈ, ਪਰਮੇਸ਼ੁਰ ਅਸੀਂ ਅੱਜ ਪ੍ਰਾਰਥਨਾ ਕਰਦੇ ਹਾਂ ਮੇਰੇ ਮਹਾਨ ਪਰਮੇਸ਼ੁਰ ਜੀ, ਤੁਹਾਡਾ ਆਤਮਾ ਇਹਨਾਂ ਦੇ ਉੱਪਰ ਕੀਤੇ ਗਏ ਹਰੇਕ ਜਾਦੂ ਟੋਨੇ ਨੂੰ, ਹਰ ਇੱਕ ਦੁਸ਼ਟ ਆਤਮਾਵਾਂ ਨੂੰ ਜੜ ਤੋਂ ਖਤਮ ਕਰੇ ਯਿਸੂ ਮਸੀਹ ਦੇ ਜ਼ਿੰਦਾ ਅਤੇ ਸਮਰਥੀ ਨਾਮ ਦੇ ਵਿੱਚ। ਕਿਉਂ ਜੋ ਖੁਦਾ ਬਾਪ ਤੁਹਾਡੇ ਵਚਨ ਪਹਿਲਾਂ ਯੋਹੰਨਾ 3:8 ਦੇ ਵਿੱਚ ਲਿਖਿਆ, ਜਿਹੜਾ ਪਾਪ ਕਰਦਾ ਹੈ ਉਹ ਸ਼ੈਤਾਨ ਤੋਂ ਹੈ, ਕਿਉਂਕਿ ਸ਼ੈਤਾਨ ਮੁੱਢ ਤੋਂ ਹੀ ਪਾਪ ਕਰਦਾ ਆਇਆ ਹੈ। ਪਰਮੇਸ਼ੁਰ ਦਾ ਪੁੱਤਰ ਇਸ ਲਈ ਪ੍ਰਗਟ ਹੋਇਆ ਕਿ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰੇ। ਸੱਚਮੁੱਚ ਪਰਮੇਸ਼ੁਰ ਜੋ ਵੀ ਸ਼ੈਤਾਨੀ ਕੰਮ ਹੈ, ਖੁਦਾ ਬਾਪ ਤੁਸੀਂ ਇਹਨਾਂ ਨੂੰ ਖਤਮ ਕਰਨ ਦੇ ਲਈ ਧਰਤੀ ਦੇ ਉੱਪਰ ਆਏ। ਤੁਸੀਂ ਹਰੇਕ ਜਾਦੂ ਟੋਨੇ ਨੂੰ ਪਰਮੇਸ਼ੁਰ ਜੀ ਹਮੇਸ਼ਾ ਹਮੇਸ਼ਾ ਦੇ ਲਈ ਖਤਮ ਕਰਨ ਦੇ ਲਈ ਖੁਦਾ ਬਾਪ ਧਰਤੀ ਦੇ ਉੱਤੇ ਆਏ ਮੇਰੇ ਮਹਾਨ ਪਰਮੇਸ਼ੁਰ ਜੀ। ਸੱਚਮੁੱਚ ਖੁਦਾ ਬਾਪ ਤੁਹਾਡੇ ਵਚਨ ਜਕਰਯਾ 2:5 ਦੇ ਵਿੱਚ ਲਿਖਿਆ, ਮੈਂ ਉਸਦੇ ਦੁਆਲੇ ਉਸਦੇ ਲਈ ਅੱਗ ਦੀ ਕੰਧ ਹੋਵਾਂਗਾ ਅਤੇ ਉਸ ਦੇ ਵਿੱਚ ਪ੍ਰਤਾਪ ਲਈ ਹੋਵਾਂਗਾ, ਯਹੋਵਾ ਦਾ ਵਾਕ ਹੈ। ਖੁਦਾ ਬਾਪ ਤੁਸੀਂ ਆਪਣੇ ਬੱਚਿਆਂ ਦੇ ਸੱਚਮੁੱਚ ਦੁਆਲੇ ਇੱਕ ਅੱਗ ਦੀ ਕੰਧ ਬਣ ਕੇ ਰਹਿੰਦੇ ਹੋ ਮੇਰੇ ਜ਼ਿੰਦਾ ਪਰਮੇਸ਼ੁਰ ਜੀ। ਖੁਦਾ ਬਾਪ ਤੁਸੀਂ ਹਮੇਸ਼ਾ ਉਹਨਾਂ ਦੀ ਮਦਦ ਅਤੇ ਸਹਾਇਤਾ ਕਰਦੇ ਹੋ ਮੇਰੇ ਜ਼ਿੰਦਾ ਖੁਦਾ ਬਾਪ। ਸੱਚਮੁੱਚ ਮੇਰੇ ਮਹਾਨ ਪਰਮੇਸ਼ੁਰ ਜੀ, ਜੋ ਵੀ ਦੁਸ਼ਟ ਨੇ ਖੁਦਾ ਬਾਪ ਇਹਨਾਂ ਦਾ ਚੁਰਾਇਆ, ਜੇ ਤੁਹਾਡਾ ਆਤਮਾ ਮੂਲ ਸਮੇਤ ਇਹਨਾਂ ਨੂੰ ਵਾਪਸ ਦੇਵੇ ਮੇਰੇ ਜ਼ਿੰਦਾ ਪਰਮੇਸ਼ੁਰ ਜੀ। ਸੱਚਮੁੱਚ ਖੁਦਾ ਬਾਪ ਤੁਹਾਡਾ ਆਤਮਾ ਇਹਨਾਂ ਦੇ ਹਰੇਕ ਬੰਧਨ ਨੂੰ ਤੋੜੇ ਯਿਸੂ ਦੇ ਨਾਮ ਦੇ ਵਿੱਚ। ਜੋ ਵੀ ਖੁਦਾ ਬਾਪ ਇਨਸਾਨਾਂ ਦੇ ਦੁਆਰਾ ਇਹਨਾਂ ਦੇ ਉੱਪਰ ਜਾਦੂ ਟੋਨਾ ਕੀਤਾ ਗਿਆ, ਇਹਨਾਂ ਦੇ ਪਰਿਵਾਰ ਦੇ ਉੱਪਰ, ਇਹਨਾਂ ਦੇ ਬੱਚਿਆਂ ਦੇ ਉੱਪਰ, ਸੱਚਮੁੱਚ ਜਿਹਨਾਂ ਦੇ ਕਾਰੋਬਾਰ ਉੱਪਰ ਕਿਸੇ ਵੀ ਤਰ੍ਹਾਂ ਦੀ ਸੱਚਮੁੱਚ ਸ਼ੈਤਾਨੀ ਤਾਕਤ ਕੰਮ ਕਰ ਰਹੀ ਹੈ, ਅੱਜ ਹਰੇਕ ਤਾਕਤ ਨੂੰ ਕਮਾਂਡ ਕਰਦੇ ਹਾਂ ਯਿਸੂ ਮਸੀਹ ਦੇ ਜ਼ਿੰਦਾ ਅਤੇ ਸਮਰਥੀ ਨਾਮ ਦੇ ਵਿੱਚ। ਖੁਦਾ ਬਾਪ ਤੁਹਾਡੇ ਵਚਨ ਵਿਵਸਥਾ ਸਾਰ 23:27 ਦੇ ਵਿੱਚ ਲਿਖਿਆ, ਅਨਾਦੀ ਪਰਮੇਸ਼ੁਰ ਤੇਰਾ ਧਾਮ ਹੈ ਅਤੇ ਹੇਠਾਂ ਸਨਾਤਨ ਪੂੰਜਾ ਹਨ, ਉਸਨੇ ਵੈਰੀ ਨੂੰ ਤੇਰੇ ਅੱਗੇ ਤੱਕ ਦਿੱਤਾ ਅਤੇ ਉਸਨੇ ਆਖਿਆ ਨਾਸ਼ ਕਰ ਦੇ। ਖੁਦਾ ਬਾਪ ਅੱਜ ਅਸੀਂ ਉਸ ਅਧਿਕਾਰ ਦੇ ਨਾਲ, ਖੁਦਾ ਬਾਪ ਜੋ ਤੁਸੀਂ ਸਾਨੂੰ ਅਧਿਕਾਰ ਦਿੱਤਾ ਹੈ ਦੁਸ਼ਟ ਨੂੰ ਨਾਸ਼ ਕਰਨ ਦਾ, ਅੱਜ ਉਸ ਅਧਿਕਾਰ ਦੇ ਨਾਲ ਅੰਧਕਾਰ ਦੀਆਂ ਸਭ ਤਾਕਤਾਂ ਨੂੰ, ਜਾਦੂ ਟੋਨੇ ਨੂੰ, ਹਰੇਕ ਬੰਧਨ ਨੂੰ ਇਹਨਾਂ ਦੇ ਉੱਪਰੋਂ ਤੋੜਦੇ ਹਾਂ, ਲੋਕ ਆਜ਼ਾਦ ਹੋ ਜਾਣ ਯਿਸੂ ਦੇ ਨਾਮ 'ਚ। ਖੁਦਾ ਬਾਪ ਸੱਚਮੁੱਚ ਜਿਨ੍ਹਾਂ ਦੀ ਮੈਰਿਜ ਨਹੀਂ ਹੋ ਰਹੀ, ਜਿਨ੍ਹਾਂ ਨੂੰ ਸੱਚਮੁੱਚ ਬੰਨਿਆ ਹੋਇਆ ਹੈ ਦੁਸ਼ਟ ਦੇ ਦੁਆਰਾ, ਅੱਜ ਉਹ ਆਜ਼ਾਦ ਹੋ ਜਾਣ ਯਿਸੂ ਮਸੀਹ ਦੇ ਜ਼ਿੰਦਾ ਅਤੇ ਸਮਰਥੀ ਨਾਮ ਦੇ ਵਿੱਚ। ਹਰੇਕ ਬੰਧਨ ਇਸੇ ਪਲ ਟੁੱਟ ਜਾਏ ਯਿਸੂ ਮਸੀਹ ਦੇ ਜ਼ਿੰਦਾ ਅਤੇ ਸਮਰਥੀ ਨਾਮ ਦੇ ਵਿੱਚ। ਔਰ ਖੁਦਾ ਬਾਪ ਤੁਹਾਡੇ ਵਚਨ Luke 10:19 ਦੇ ਵਿੱਚ ਲਿਖਿਆ, ਵੇਖੋ ਮੈਂ ਤੁਹਾਨੂੰ ਸੱਪਾਂ ਅਤੇ ਠੂਹਿਆਂ ਦੇ ਲਤਾੜਨ ਦਾ ਔਰ ਵੈਰੀ ਦੀ ਸਾਰੀ ਸ਼ਕਤੀ ਉੱਤੇ ਇਖਤਿਆਰ ਦਿੱਤਾ ਹੈ ਅਤੇ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਹੀਂ ਕਰੇਗੀ। ਸੱਚਮੁੱਚ ਪਰਮੇਸ਼ੁਰ ਤੁਹਾਡੇ ਬੱਚਿਆਂ ਦਾ, ਖੁਦਾ ਬਾਪ, ਕੋਈ ਵੀ ਦੁਸ਼ਟ ਨੁਕਸਾਨ ਅੱਜ ਤੋਂ ਨਹੀਂ ਕਰ ਪਾਏਗਾ ਯਿਸੂ ਮਸੀਹ ਦੇ ਜ਼ਿੰਦਾ ਅਤੇ ਸਮਰਥੀ ਨਾਮ ਦੇ ਵਿੱਚ। ਖੁਦਾ ਬਾਪ ਤੁਸੀਂ ਹਰੇਕ ਜਾਦੂ ਟੋਨੇ ਨੂੰ ਇਹਨਾਂ ਦੇ ਉੱਪਰੋਂ ਖਤਮ ਕਰ ਚੁੱਕੇ ਯਿਸੂ ਦੇ ਨਾਮ 'ਚ। ਮੈਂ ਪ੍ਰਾਰਥਨਾ ਕਰਦਾ ਕਿ ਅੱਜ ਤੋਂ ਬਾਅਦ ਕੋਈ ਵੀ ਜਾਦੂ ਟੋਣਾ ਇਹਨਾਂ ਦੇ ਉੱਪਰ ਕੰਮ ਨਾ ਕਰੇ। ਇਹਨਾਂ ਦੇ ਬੱਚੇ ਅੱਜ ਆਜ਼ਾਦ ਹੋ ਚੁੱਕੇ ਹਨ, ਕਿਉਂ ਜੋ ਤੁਹਾਡੇ ਵਚਨ ਗਿਣਤੀ 23 ਦੀ
23 ਦੇ ਵਿੱਚ ਲਿਖਿਆ, ਯਾਕੂਬ ਦੇ ਘਰਾਣੇ ਉੱਪਰ ਜਾਦੂ ਟੋਣਾ ਨਹੀਂ ਚੱਲੇਗਾ। ਸੱਚਮੁੱਚ ਮੇਰਾ ਵਿਸ਼ਵਾਸ ਹੈ ਅੱਜ ਤੋਂ ਇਹਨਾਂ ਦੇ ਬਿਜ਼ਨਸ ਉੱਪਰ ਕਿਸੇ ਵੀ ਤਰ੍ਹਾਂ ਦਾ ਜਾਦੂ ਟੋਣਾ ਨਹੀਂ ਚੱਲੇਗਾ। ਇਹਨਾਂ ਦੇ ਬੱਚਿਆਂ ਦੇ ਉੱਪਰ, ਪਰਿਵਾਰ ਦੇ ਜਨ ਉੱਪਰ ਕਦੇ ਵੀ ਜਾਦੂ ਟੋਣਾ ਨਹੀਂ ਚੱਲੇਗਾ। ਇਹਨਾਂ ਦੇ ਘਰ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਜਾਦੂ ਟੋਣਾ ਨਹੀਂ ਚੱਲੇਗਾ। ਮੇਰੇ ਜ਼ਿੰਦਾ ਪਰਮੇਸ਼ੁਰ ਜੀ, ਸੱਚਮੁੱਚ ਖੁਦਾ ਪਾਪ, ਤੁਸੀਂ ਇਹਨਾਂ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਆਜ਼ਾਦ ਕਰ ਚੁੱਕੇ ਹੋ, ਕਿਉਂ ਜੋ ਤੁਹਾਡੇ ਵਚਨ 2 ਕੋਰਿੰਥੀਆਂ 3:17 ਦੇ ਵਿੱਚ ਲਿਖਿਆ, ਹੁਣ ਉਹ ਪ੍ਰਭੂ ਦਾ ਆਤਮਾ ਹੈ, ਔਰ ਜਿੱਥੇ ਕਿਤੇ ਪ੍ਰਭੂ ਦਾ ਆਤਮਾ ਹੈ ਉੱਥੇ ਆਜ਼ਾਦੀ ਹੈ। ਖੁਦਾ ਬਾਪ, ਇਹਨਾਂ ਦੇ ਬਿਜ਼ਨਸ ਦੇ ਵਿੱਚ ਤੁਹਾਡਾ ਆਤਮਾ ਹੈ ਔਰ ਉੱਥੇ ਆਜ਼ਾਦੀ ਹੈ। ਇਹਨਾਂ ਦੇ ਜੀਵਨਾਂ ਦੇ ਵਿੱਚ ਤੁਹਾਡਾ ਆਤਮਾ ਹੈ, ਉੱਥੇ ਆਜ਼ਾਦੀ। ਇਹਨਾਂ ਦੇ ਘਰਾਨਿਆਂ ਦੇ ਵਿੱਚ ਤੁਹਾਡਾ ਆਤਮਾ ਹੈ ਔਰ ਉੱਥੇ ਆਜ਼ਾਦੀ ਹੈ। ਦੁਸ਼ਟ ਕਦੇ ਵੀ ਉਸ ਜਗ੍ਹਾ ਦੇ ਉੱਪਰ ਨਹੀਂ ਖੜ੍ਹ ਸਕਦਾ ਪਰਮੇਸ਼ੁਰ, ਜਿੱਥੇ ਤੁਹਾਡਾ ਆਤਮਾ ਹੈ, ਔਰ ਤੁਹਾਡਾ ਆਤਮਾ ਹਮੇਸ਼ਾ ਇਹਨਾਂ ਦੇ ਨਾਲ ਹੈ। ਮੇਰੇ ਜ਼ਿੰਦਾ ਖੁਦਾ ਬਾਪ, ਸੱਚਮੁੱਚ ਮੇਰਾ ਵਿਸ਼ਵਾਸ, ਇਹ ਲੋਕ ਹਮੇਸ਼ਾ ਹਮੇਸ਼ਾ ਦੇ ਲਈ ਹਰੇਕ ਸ਼ੈਤਾਨੀ ਬੰਧਨ ਤੋਂ, ਦੁਸ਼ਟ ਆਤਮਾਵਾਂ ਤੋਂ ਆਜ਼ਾਦ ਹੋ ਚੁੱਕੇ ਹਨ। ਜੋ ਲੋਕ ਅਜ਼ਾਮੀਨ ਬੋਲ ਰਹੇ ਹਨ, ਉਹ ਲੋਕ ਆਜ਼ਾਦ ਹੋ ਚੁੱਕੇ ਹਨ ਯਿਸੂ ਦੇ ਨਾਮ 'ਚ। ਔਰ ਪਰਮੇਸ਼ੁਰ, ਜੋ ਲੋਕ ਇਸ ਪ੍ਰਾਰਥਨਾ ਨੂੰ ਬਹੁਤ ਸਾਰੇ ਲੋਕਾਂ ਤੱਕ ਪਹੁੰਚਾ ਕੇ ਤੁਹਾਡੀ ਸੇਵਾ ਦੇ ਕੰਮਾਂ ਨੂੰ ਕਰਦੇ ਹਨ, ਸੱਚਮੁੱਚ ਮੇਰਾ ਵਿਸ਼ਵਾਸ ਹੈ ਖੁਦਾ ਬਾਪ, ਤੁਹਾਡਾ ਆਤਮਾ ਉਹਨਾਂ ਦੀ ਕੀਤੀ ਮਿਹਨਤ ਉਹਨਾਂ ਨੂੰ ਫਲ ਦੇ ਚੁੱਕਾ ਯਿਸੂ ਦੇ ਨਾਮ 'ਚ। ਔਰ ਪ੍ਰਭੂ, ਜੋ ਲੋਕ ਇਸ ਪ੍ਰਾਰਥਨਾ ਦੌਰਾਨ ਆਪਣੀ ਕਮਾਈ ਦੇ ਵਿੱਚੋਂ ਬੀਜ ਨੂੰ, ਦਸਵੰਧ ਨੂੰ ਤੁਹਾਡੇ ਰਾਜ ਲਈ ਬੀਜ ਰਹੇ ਹਨ, ਖੁਦਾ ਬਾਪ, ਤੁਸੀਂ ਜਾਣਿਆ ਇਹ ਬੀਜ ਕਿਸ ਕਮਾਈ ਦੇ ਵਿੱਚੋਂ ਆਇਆ, ਤੁਸੀਂ ਦੇਖਿਆ ਕਿਸ ਹੱਥਾਂ ਦੇ ਨਾਲ ਬੀਜਿਆ ਗਿਆ ਹੈ। ਮੈਂ ਪ੍ਰਾਰਥਨਾ ਕਰਦਾ ਉਹਨਾਂ ਹੱਥਾਂ ਦੇ ਉੱਪਰ ਪਰਮੇਸ਼ੁਰ, ਤੁਹਾਡਾ ਆਤਮਾ ਬਰਕਤ ਨੂੰ ਠਹਿਰਾਵੇ। ਜਿਸ ਕਮਾਈ ਦੇ ਵਿੱਚੋਂ ਆਇਆ ਹੈ ਦੁਸ਼ਟ, ਕਦੇ ਵੀ ਉਸ ਕਮਾਈ ਨੂੰ ਬਿਮਾਰੀ ਦੇ ਵਿੱਚ, ਕਰਜ਼ੇ ਦੇ ਵਿੱਚ, ਸੱਚਮੁੱਚ ਨਸ਼ਿਆਂ ਦੇ ਵਿੱਚ ਨਾ ਉਜਾੜ ਸਕੇ। ਔਰ ਪਰਮੇਸ਼ੁਰ, ਸੱਚਮੁੱਚ ਤੁਹਾਡਾ ਆਤਮਾ ਇਹਨਾਂ ਦੀ ਸੱਚਮੁੱਚ ਮਦਦ ਅਤੇ ਸਹਾਇਤਾ ਕਰੇਗਾ। ਤੁਸੀਂ ਕਿਹਾ ਮੈਂ ਇੰਨਾ ਦੇਵਾਂਗਾ ਕਿ ਰੱਖਣ ਦੇ ਲਈ ਜਗ੍ਹਾ ਨਹੀਂ ਹੋਵੇਗੀ। ਇਹ ਵਚਨ, ਇਹ ਵਾਅਦਾ ਤੁਸੀਂ ਪੂਰਾ ਕਰ ਚੁੱਕੇ ਹੋ ਯਿਸੂ ਦੇ ਨਾਮ ਦੇ ਵਿੱਚ। ਔਰ ਪ੍ਰਭੂ, ਜੋ ਲੋਕ ਪੜ੍ਹਾਈ ਲਈ, ਕੰਮਾਂ ਲਈ ਘਰਾਂ ਤੋਂ ਨਿਕਲ ਰਹੇ ਹਨ, ਰਸਤਿਆਂ 'ਚ ਹਨ, ਮੈਂ ਪ੍ਰਾਰਥਨਾ ਕਰਦਾ ਪ੍ਰਭੂ ਤੁਹਾਡੇ ਅੱਗੇ ਕਿ ਉਹ ਸਹੀ ਸਲਾਮਤ ਆਪਣੇ ਘਰਾਂ 'ਚ ਵਾਪਸ ਆਉਣ। ਧੰਨਵਾਦ ਕਰਦਾ ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣ ਕੇ ਇਹਨਾਂ ਦੇ ਉੱਪਰ ਉਤੇ ਹਰੇਕ ਬੰਧਨ ਨੂੰ ਤੋੜਿਆ, ਹਰੇਕ ਸ਼ਰਾਫ ਨੂੰ ਖਤਮ ਕੀਤਾ। ਯਿਸੂ ਮਸੀਹ ਦੇ ਜ਼ਿੰਦਾ ਅਤੇ ਸਮਰਥੀ ਨਾਮ 'ਚ ਮੰਗਦੇ ਹਾਂ, ਆਮੇਨ।